ਜਿਵੇਂ ਕਿ ਪਤਾ ਹੀ ਹੈ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਸਵੱਛਤਾ ਅਭਿਆਨ ਦੇ ਤਹਿਤ ਪਖਵਾੜਾ ਮਨਾਇਆ ਜਾ ਰਿਹਾ। ਸੋ ਸਾਡੇ ਸਕੂਲ ਦੇ ਮੈਡਮ ਪ੍ਰਿੰਸੀਪਲ ਰੁਪਿੰਦਰਪਾਲ ਕੌਰ ਜੀ ਦੇ ਅਗਵਾਈ ਹੇਠ ਇਹ 15 ਦਿਨਾਂ ਦੇ ਵਿੱਚ ਵੱਖ ਵੱਖ ਬੱਚਿਆਂ ਤੋਂ ਸਫਾਈਆਂ ਕਰਵਾਈਆਂ ਗਈਆਂ। ਅੱਜ ਅਸੀਂ ਇਸ ਪਖਵਾੜੇ ਤਹਿਤ ਸਕੂਲ ਨੂੰ, ਸਕੂਲ ਦਾ ਆਲਾ ਦੁਆਲਾ ਔਰ ਸ਼ਹਿਰ ਦੀ ਕੋਈ ਗੰਦੀ ਜਿਹੀ ਜਗ੍ਹਾ ਦੇਖ ਕੇ ਬੱਚਿਆਂ ਤੋਂ ਸਫਾਈ ਕਰਵਾਵਾਂਗੇ ਆਪ ਵੀ। ਸੋ ਮੈਡਮ ਪ੍ਰਿੰਸੀਪਲ ਜੀ ਅੱਜ ਇਸ ਸਫਾਈ ਅਭਿਆਨ ਦਾ ਆਗਾਜ਼ ਕਰਨਗੇ। ਚੰਦ ਸ਼ਬਦ ਮੈਡਮ ਪ੍ਰਿੰਸੀਪਲ ਜੀ। ਦਿੱਤੇ ਹੋਏ ਕਰੀਕੁਲਮ ਅਨੁਸਾਰ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਦੇ ਤਹਿਤ ਅੱਜ 15 ਤਰੀਕ ਨੂੰ ਸਾਰੇ ਜਿਹੜੇ ਆ ਥਾਵਾਂ 'ਤੇ ਸਫਾਈ ਕਰਵਾਈ ਜਾਣੀ ਹੈ, ਜਿਨ੍ਹਾਂ ਦੇ ਵਿੱਚ ਸਕੂਲ ਦਾ ਆਲਾ ਦੁਆਲਾ ਅਤੇ ਹੋਰ ਵੀ ਸ਼ਹਿਰ ਨਾਲ ਸੰਬੰਧਿਤ ਜਿੱਥੇ ਸਫਾਈ ਦੀ ਜ਼ਰੂਰਤ ਹੈ ਉੱਥੇ ਸਫਾਈ ਕਰਵਾਈ ਜਾਊਗੀ। ਅਤੇ ਇਸ ਦੇ ਨਾਲ ਹੀ ਅਸੀਂ ਬੱਚਿਆਂ ਦੀ ਸਹਾਇਤਾ ਦੇ ਨਾਲ, ਟੀਚਰਸ ਦੀ ਸਹਾਇਤਾ ਦੇ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਅਤੇ ਸਕੂਲ ਦੇ ਬਾਹਰ ਦੀ ਸਫਾਈ ਵੀ ਕਰਾਂਗੇ, ਜਿਹਦੇ ਨਾਲ ਵਾਤਾਵਰਨ ਸ਼ੁੱਧ ਰਹੇ ਅਤੇ ਬੱਚੇ ਜਿਹੜੇ ਆ ਉਹ ਬਿਮਾਰੀਆਂ ਤੋਂ ਬਚੇ। ਥੈਂਕ ਯੂ ਮੈਮ। ਹੁਣ ਬੱਚੇ ਹੋਰ ਤੁਸੀਂ ਤਿਆਰ ਹੋ ਜੀ? ਹਾਂਜੀ। ਥੈਂਕ ਯੂ ਮੈਮ।